ਮੈਨੂੰ ਆਪਣੇ ਵੇਟ ਨੂੰ ਲੈ ਕੇ ਥੋੜ੍ਹੀ ਪ੍ਰੋਬਲਮ ਸੀਗੀ, ਥੋੜ੍ਹੀ ਨਹੀਂ ਕਾਫੀ, ਸਮਝ ਲਓ ਤੁਸੀਂ। ਮੈਂ ਬਹੁਤ ਟਾਈਮ ਤੋਂ ਲੂਜ਼ ਕਰਨ ਦੀ ਇਹਨੂੰ ਕੋਸ਼ਿਸ਼ ਕਰ ਰਹੀ ਸੀ, ਬਿਮਾਰੀਆਂ ਸੀ ਉਹ ਵੱਧ ਰਹੀਆਂ ਸੀ। ਉਹਨਾਂ ਨੇ ਮੈਨੂੰ ਇਹ ਸਰਜਰੀ ਬਾਰੇ ਰੈਕਮੈਂਡ ਕੀਤਾ, ਈਵਨ ਉਹਨਾਂ ਨੇ ਬਹੁਤ ਡਿਸਕ੍ਰਾਈਬ ਕੀਤਾ ਮੈਨੂੰ ਇਸ ਚੀਜ਼ ਦਾ, ਸਾਰਾ ਦੱਸਿਆ ਵੀ ਕਿਵੇਂ ਪ੍ਰੋਸੀਜਰ ਹੈਗਾ, ਕੀ ਹੋਊਗਾ। ਅਪੁਆਇੰਟਮੈਂਟ ਤੋਂ 4 ਦਿਨਾਂ ਬਾਅਦ ਆਈ ਥਿੰਕ ਸਰਜਰੀ ਸੀ ਸਾਡੀ ਟਿਊਜ਼ਡੇ। 1 ਵੀਕ ਦੇ ਵਿੱਚ ਤੁਸੀਂ ਮੈਨੂੰ ਦੇਖ ਸਕਦੇ ਹੋ, ਮੈਂ ਵਾਕ ਕਰ ਰਹੀ ਹਾਂ। ਮੇਰਾ ਨਾਮ ਬਲਜੀਤ ਕੌਰ ਵੜੈਚੇ, ਮੈਂ ਆਸਟ੍ਰੇਲੀਆ ਤੋਂ ਆਈ ਹਾਂ ਜੀ। ਮੈਨੂੰ ਆਪਣੇ ਵੇਟ ਨੂੰ ਲੈ ਕੇ ਥੋੜ੍ਹੀ ਪ੍ਰੋਬਲਮ ਸੀਗੀ, ਥੋੜ੍ਹੀ ਨਹੀਂ ਕਾਫੀ, ਸਮਝ ਲਓ ਤੁਸੀਂ। ਮੈਂ ਬਹੁਤ ਟਾਈਮ ਤੋਂ ਲੂਜ਼ ਕਰਨ ਦੀ ਇਹਨੂੰ ਕੋਸ਼ਿਸ਼ ਕਰ ਰਹੀ ਸੀ, ਪਰ ਕੱਟਣ ਦੀ ਬਜਾਏ ਹੌਲੀ ਹੌਲੀ ਮੇਰੀਆਂ ਜੋ ਬਿਮਾਰੀਆਂ ਸੀ ਉਹ ਵੱਧ ਰਹੀਆਂ ਸੀ। ਜੋ ਮੇਰੇ ਹਸਬੈਂਡ ਨੇ ਫਿਰ ਇਹਨਾਂ ਨੇ ਸਰਚ ਕੀਤਾ, ਉਹਦੇ 'ਤੇ ਪਲੈਨ ਬਣਾਇਆ ਸੀ ਵੀ ਆਪਾਂ ਇੱਕ ਵਾਰੀ ਇੰਡੀਆ ਜਾ ਕੇ ਇੱਕ ਵਾਰੀ ਦੇਖ ਕੇ ਆਈਏ ਵੀ ਕੀ ਹੈ। ਪਰ ਉਦੋਂ ਵੀ ਮੇਰਾ ਪਲੈਨ ਨਹੀਂ ਸੀ ਵੀ ਮੈਂ ਸਰਜਰੀ ਵੀ ਪ੍ਰੋਪਰ ਕਰਵਾਉਣੀ ਹੈਗੀ। ਜਦੋਂ ਅਸੀਂ ਇੱਥੇ ਇੰਡੀਆ ਆਏ, ਫਿਰ ਅਸੀਂ ਆਪਣੇ ਡਾਕਟਰ ਸਭ ਨਾਲ ਆਪਣੀ ਅਪੁਆਇੰਟਮੈਂਟ ਸੀ ਜੋ ਵੀ ਉਹਨਾਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਮੈਨੂੰ ਇਹ ਸਰਜਰੀ ਬਾਰੇ ਰੈਕਮੈਂਡ ਕੀਤਾ, ਈਵਨ ਉਹਨਾਂ ਨੇ ਬਹੁਤ ਡਿਸਕ੍ਰਾਈਬ ਕੀਤਾ ਮੈਨੂੰ ਇਸ ਚੀਜ਼ ਦਾ, ਸਾਰਾ ਦੱਸਿਆ ਵੀ ਕਿਵੇਂ ਪ੍ਰੋਸੀਜਰ ਹੈਗਾ, ਕੀ ਹੋਊਗਾ, ਕੀ ਸਾਈਡ ਇਫੈਕਟ ਹੋ ਸਕਦੇ ਆ, ਕੀ ਇਹਦੇ ਉਹ ਹੈਗੇ ਆ। ਬਟ ਇਹ 'ਚ ਬਹੁਤ ਹੀ ਮਿਨੀਮਮ ਸੀਗੇ ਜੋ ਵੀ ਸਾਈਡ ਇਫੈਕਟ ਆਪਾਂ ਕਹਿ ਸਕਦੇ ਹਾਂ। ਉਹਨਾਂ ਦੀ ਪੋਜ਼ਿਟਿਵਿਟੀ ਸੀਗੀ, ਉਹਨਾਂ ਦੇ ਜੋ ਬੋਲਣ ਦਾ ਵੇ ਸੀ, ਉਹਨਾਂ ਦੇ ਸਮਝਾਉਣ ਦਾ ਵੇ ਸੀਗਾ। ਜਿਹਨੇ ਮੈਨੂੰ ਉੱਥੇ ਮਤਲਬ ਬੈਠੇ ਬੈਠੇ ਹੀ ਮੈਂ ਆਪਣੇ ਹਸਬੈਂਡ ਨਾਲ ਡਿਸੀਜ਼ਨ ਲਿਆ ਵੀ ਵੀ ਆਰ ਐਗਰੀ ਵਿਦ ਦੈਟ। ਦੈਨ ਸਾਡੀ ਉਹਨਾਂ ਨੇ ਅਪੁਆਇੰਟਮੈਂਟ ਬੁੱਕ ਕਰਤੀ। ਅਪੁਆਇੰਟਮੈਂਟ ਤੋਂ 4 ਦਿਨਾਂ ਬਾਅਦ ਆਈ ਥਿੰਕ ਸਰਜਰੀ ਸੀ ਸਾਡੀ ਟਿਊਜ਼ਡੇ। 1 ਵੀਕ ਦੇ ਵਿੱਚ ਤੁਸੀਂ ਮੈਨੂੰ ਦੇਖ ਸਕਦੇ ਹੋ, ਮੈਂ ਵਾਕ ਕਰ ਰਹੀ ਹਾਂ। ਸਾਰਿਆਂ ਨੂੰ ਰੈਕਮੈਂਡ ਕਰਨਾ ਚਾਹੂੰਗੀ ਸਟਾਰ ਹੋਸਪਿਟਲ ਬਾਰੇ। ਇਹਨਾਂ ਦਾ ਸਟਾਫ ਬਹੁਤ ਹੀ ਕੋਆਪਰੇਟਿਵ ਹੈ, ਤੁਹਾਨੂੰ ਹਰ ਚੀਜ਼ ਮਿਲਦੀ ਹੈ। ਈਵਨ ਮੈਂ ਇੱਥੇ 3 ਡੇਜ਼ 3 ਨਾਈਟਸ ਜਦੋਂ ਸਟੇ ਕੀਤੀਆਂ ਸਰਜਰੀ ਤੋਂ ਬਾਅਦ, ਬਹੁਤ ਹੀ ਕੇਅਰ ਕੀਤੀ। ਤੁਸੀਂ ਨਾਈਟ ਨੂੰ ਵੀ ਸਟਾਫ ਨੂੰ ਆਵਾਜ਼ ਮਾਰੋ ਤਾਂ ਤੁਹਾਡੇ ਕੋਲ ਅਵੇਲੇਬਲ ਹੋ ਜਾਂਦੇ ਆ, ਤੁਹਾਨੂੰ ਜੋ ਵੀ ਤੁਹਾਨੂੰ ਪ੍ਰੋਬਲਮ ਹੈ ਤੁਹਾਨੂੰ ਨਾਲ ਦੀ ਨਾਲ ਹੀ ਸੈਟੀਸਫਾਈਡ ਕਰਦੇ ਨੇ। ਤੁਸੀਂ ਹਜੇ ਸਰਜਰੀ ਦਾ ਮਾਈਂਡ ਨਹੀਂ ਵੀ ਹੈਗਾ ਤਾਂ ਵੀ ਤੁਸੀਂ ਇੱਕ ਵਾਰੀ ਡਾਕਟਰ ਸਾਹਿਬ ਨੂੰ ਮਿਲੋ, ਤੁਹਾਨੂੰ ਜੋ ਐਕਸਪਲੇਨ ਕਰਨਗੇ ਉਹ, ਤੁਸੀਂ ਉੱਦਾਂ ਹੀ ਗਾਹ ਜਾ ਸਕਦੇ ਹੋ ਫਿਰ।